गाइस, तो आज हम मंत भाई के साथ साहिवाल के इलाके में आए हैं। तो इधर भाई को स्नेक की ना काफी दिखी हैं, क्योंकि देखते भाई हैं। आजकल मौसम आ गए है स्नेक लभने की, तो मैं साहिवाल इलाके में आया। मैं ते अल्लाह करे कोई मेरे बच्चों की रोजी के लिए सांप लभ जाए, मैं पकड़ूंगा अल्लाह के हुक्म नाल। ते देखो हुण क्या बनता, मैं शिकार करन के लिए आया इस पास में। चलो देखते हैं, जिंदियां हाँ दूसरे दिन। यार चाहिए लगा वो चीज़ चाहिए। ओ घोसला चिड़ी होनी है। शोर नहीं निकला है। हाँ खुरा पप का लगा है। एंड दे एंड इधर लग गए, इधर पहुंच गया। हाँ 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 जा रहे, दूसरे नेड़े करके देख ला। हाँ दिख रहे यार, कूड़ा लग गया। नहीं ना भी लगा है। हाँ अगे जा रहे हैं। आवे इथे लगे किधर जा रहे? आवे आबू जी बेचा, आवे लगा, आवे खुरा, आबू जी बेच जा रहे। इथे किथे खुड हैगी? आ खुरा आवे, आवे खुड हाला। आ निकल गया खुरा ते, आवे आ निकला है। आवे अगों गया है अगे, खुली कभी थी नहीं। खुरा गांव जान गया ना। आवे आवे लगा है खुरा। चंगी डबल हावे जोगी सापी है। वेख ले हावे 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 ਵਿੱਚ ਆਵਾਜ਼ ਆਉਂਦੀ ਬੱਚਾ ਹੀ ਆ ਆਉਂਦੀ ਤਾਂ ਆਵਾਜ਼ ਹਵੇ ਅੱਗੇ ਸਭ ਬੱਚਾ ਹੀ ਆਇਆ ਸੱਪ ਨੂੰ ਲਾਦਾ ਮੂੰਹ ਤੇ ਵੇਖ ਲੈਂਦਾ ਜਿਹੜਾ ਵੀ ਹੋਵੇ ਖੁੱਡ ਖੁੱਡੀ ਕਰ ਖੁੱਡ ਵੱਡੀ ਕਰ ਖੁੱਡ ਵੱਡੀ ਕਰ ਰਿਹਾ ਵੀ ਬੰਦ ਹੋ ਗਈ ਆ ਨਹੀਂ ਜਾਂਦੀ ਖੁੱਲਦੀ ਆ ਰੇਡੀ ਵੱਡੀ ਹੋ ਕੇ ਉਹਨੀ ਆਸਾਨੀ ਹੋ ਓ ਹੋ ਹੋ ਕਿੰਨੇ ਸੱਪ ਓਏ ਓਰੇ ਦੋ ਆ ਤਨ ਜਗਾ ਵਖਾਵਾ ਸੱਪ ਬੈਠੇ ਕਿੱਥੇ ਹੁੰਦੇ ਖੁੱਡ ਗਈ ਜਾਂਦੀ ਇਹ ਖੁੱਡ ਖਤਮ ਅੱਛਾ ਉਹ ਥੱਲੇ ਵੀ ਅੜਦਾ ਹਵੇ ਇੱਕ ਹਵੇ 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 ਕੁੱਡਾ ਸਾਪੀ ਹੋਏ ਦੋ ਦੋ ਤਿੰਨ ਨਵਾਂ ਇਹ ਦੋ ਆ ਦੋ 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 ਘਰ ਵੇਖ ਉਹਨਾਂ ਨੇ ਕੈਸਾ ਗੋਲ ਬਣਾਇਆ। ਆਹੋ ਅੱਲਾ ਨੇ ਮੇਰੀ ਰੋਜ਼ੀ ਪੂਰੀ ਕਰ ਦਿੱਤੀ। ਰੋਜ਼ੀ ਤਾਂ ਅੱਲਾ ਕੋਲ, ਸ਼ਿਕਾਰ ਮੇਰਾ ਪੂਰਾ ਹੋ ਗਿਆ ਹੈ। थले वाल गया एक ही बार आएगा पता लगेगा। दो तू हाल दुए दिखा यार। मच
ਵੇਖ ਲੈ ਅੱਲਾ ਰੋਜ਼ੀ ਦੇ ਤਾਂ ਇਕੱਠੇ ਲੱਭ ਗਏ ਉਹ ਆਉਂਦਾ ਪਿੱਛੋਂ ਵੀ ਇੱਕ ਫੜ ਜਾਊਗੀ ਪਹਿਲਾਂ ਫੜ ਲੈਂਦੇ ਕੋਈ ਬਾਹਰ ਵੀ ਆ ਲੜੂਗਾ ਇਹ ਲੜ ਗਿਆ ਜਾਊਗੀ ਅੱਲਾ ਬਚਾਏ ਅੱਲਾ ਪੁਸ਼ ਕਰਨੀ ਹੁਣ ਪਿੱਛੇ ਆਹੋ ਦੂਸਰੇ ਨੂੰ ਕੱਢਣਾ ਨਾ ਬਾਹਰ ਨਹੀਂ ਹੋਗੀ ਮੈਂ ਹੱਥ ਪਾਵਾਂ ਤਾਂ ਆ ਜਾ ਵਾਰ ਕਰੇਗਾ ਜਾਂ ਕਰੇਗਾ ਹਾਂ ਭਾਈ ਤਿੰਨ ਕਿੰਨੇ ਆ ਜੋਗੀ ਕਿੰਨੇ ਸਾਰੇ ਹੀ ਆ ਹੈ ਕਿੰਨੇ ਸਾਰੇ ਹੀ ਆ ਉਹ ਬੱਚਾ ਵੀ ਪਰੇ ਵਾਪਸ ਹੀ ਲੜ ਪਈ ਤੇ ਤੇਰੇ ਨੂੰ ਲੜਨ ਲੱਗਾ ਉਹ ਪਤਾ ਨਹੀਂ ਲੱਗਣ ਡਿਆ ਕੀ ਹੋ ਗਿਆ ਕੁੱਡਾ ਤਗੜਾ ਜੋਗੀ ਸੱਪ ਹੋਏ ਉਹਦੇ ਵਿੱਚ ਇੱਕ ਛੋਟਾ ਵੀ ਫਿਰਦਾ ਹੈਗਾ ਹੈਗਾ ਉਹ ਬੱਚਾ ਉਹ ਵੀ ਆ ਰਿਹਾ ਬਾਹਰ ਉਹ ਵੀ ਆ ਰਿਹਾ ਇੱਥੋਂ ਬੱਚੀ ਮੇਰੇ ਤੋਂ ਬੱਚੀ ਇੱਥੋਂ ਬਾਹਰ ਕੋਈ ਗੱਲ ਇਹਨੂੰ ਫੜ ਇਹਨੂੰ ਇਹਨੂੰ ਫੜ ਫੇਰ ਵੜ ਗਈ ਉਧਰ ਹੀ ਨਾਜ਼ਰੀਨ ਅੱਜ ਆਪਕੋ ਇੱਕ ਜੋੜਾ ਮਿਲਾ ਹੈ ਬਲਕਿ ਉਸਕੇ ਨਾਮ ਇੱਕ ਉਨਕਾਰ ਸਭ ਕੀ ਕਰਨ ਡਿਆ ਜੋਗੀ ਇਹ ਖੁੱਡ ਲੱਭਦਾ ਖੁੱਡ ਹੋਣੀ ਆ ਥੱਲੇ ਜਿਹੜਾ ਵੜਨ ਦਿਆ ਇਹਦੀ ਮਰਜ਼ੀ ਮੈਂ ਆਪੇ ਬਣਾ ਲਾਂਗਾ ਜੰਮਿਆ ਹੀ ਨਹੀਂ ਤੂੰ ਹੈ 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 ਸਭ ਖੁੱਡ ਨਹੀਂ ਬਣਾਉਂਦੇ ਨਹੀਂ ਇਹ ਖੁੱਡ ਲੱਭ ਰਿਹਾ ਕੋਈ ਅੱਛਾ ਖਾਸ ਖੁੱਡ ਇਹਨਾਂ ਦੇ ਕਿਹੜੇ ਪੈਰ ਹੁੰਦੇ ਇੱਕ ਜੋੜਾ ਨਿਕਲਿਆ ਜੀ ਤੇ ਇੱਕ ਇਹ ਛੋਟਾ ਆਹ ਬੱਚਾ ਨਿਕਲਿਆ ਹੁਣ ਮੈਂ ਇੱਕ ਇੱਕ ਕਰਕੇ ਫੜਾਂਗਾ ਇੱਕ ਮੈਂ ਵਾਪਸ ਛੱਡਣ ਲੱਗਾ ਵਿੱਚ ਇਹਨੂੰ ਫੜ ਜਾਊਗੀ ਆਹ ਤਰਾ ਕਢਾ ਰਿਹਾ ਬਾਤੀ ਇਹਦੀ ਪੂਛ ਤਾਂ ਕਾਬੂ ਕਰਕੇ ਦੂਸਰਾ ਵੀ ਨਾਲ ਫੜੀ ਨਾ ਵੱਡਾ ਕਿਹੜਾ ਇੱਥੋਂ ਕਾਬੂ ਕਰ ਦੂਸਰਾ ਵੀ ਕੱਢ ਵੱਡਾ ਬਾਹਰ ਨਹੀਂ ਇਹ ਤਾਂ ਵੈਸੇ ਵੀ ਨਹੀਂ ਜਾਏਗਾ ਮੇਰੇ ਕੋਲ ਵੱਡਾ ਦੂ ਫੜ ਪੂਛ ਤੋਂ ਕਾਬੂ ਕਰ ਦੋ ਉਹ ਸੱਪਣੀ ਹੈ ਨਾ ਜੋਗੀ ਆਹ ਸੱਪ ਆ ਆਹ ਸੱਪਣੀ ਆਹ ਸੱਪ ਅੱਛਾ ਉਹ ਮੂੰਹ ਲੁਕਾਉਂਦੀ ਆ ਮੂੰਹ ਨਹੀਂ ਲੁਕਾਉਂਦਾ ਵੇਖ ਲੈ ਦਲੇਰੀ ਨਾਲ ਖੜਾ ਹੁੰਦਾ ਮੇਰੇ ਨਾਲ ਅੱਛਾ ਇਹ ਫਾਇਦਾ ਇਹਨਾਂ ਦਾ ਇਹ ਫਰਕ ਆ ਲੱਭ ਲੈ ਖੁੱਡ ਲੱਭ ਲੈ ਜਿੰਨੇ ਚਿਰ ਲੱਭਦੀ ਖੁੱਡ ਲੈ ਵੀ ਨਾਜ਼ਰੀਨ ਆਪਕਾ ਅੱਜ ਕਾ ਸ਼ਿਕਾਰ ਬਹੁਤ ਅੱਛਾ ਲੱਗਾ ਪਹਿਲਾ ਹੀ ਸੀ ਹਾਂ ਪਹਿਲਾ ਸ਼ਿਕਾਰ ਹੁਣ ਤੁਹਾਡੇ ਬੱਚੇ ਨੂੰ ਕੱਢਾ ਤੁਸੀਂ ਰੁਕੋ ਜੋਗੀ ਲੜੂ ਹੀ ਅੱਜ ਤੋਂ ਬਚੀ ਉਹ ਵਿੱਚ ਖੜਾ ਹੋ ਗਿਆ ਤੇਰੀ ਵੇਖੀ ਬੱਚੇ ਨੂੰ ਛੇੜਦਾ ਨਾ ਤੂੰ ਤੂੰ ਪੈਣਾ ਹੀ ਬੱਚੇ ਧਾਰ ਸ਼ਹਿਰ ਨੂੰ ਪਿਆਰੇ ਨੇ ਆਹੋ ਲੈ ਵੀ ਛੋਟੇ ਤੁਹਾਡਾ ਵੀ ਸ਼ੁਗਲ ਪੂਰਾ ਹੋ ਗਿਆ ਹਾਂਜੀ ਹੁਣ ਮੈਨੂੰ ਇਜਾਜ਼ਤ ਆ ਮੈਂ ਆਪਣੇ ਬੱਚਿਆਂ ਦੀ ਰੋਜ਼ੀ ਰੁਕਣੇ ਨੂੰ ਲੈ ਜਾਣਾ ਅੱਛਾ ਚਲੋ ਜੋਗੀ ਫੜੋ ਇਹਨੂੰ ਉਹ ਗਿਆ ਫਿਰ ਵਿੱਚ ਅੱਗੇ ਖੁੱਡ ਤਾਂ ਨਹੀਂ ਹੋਰ ਜਾਂਦੀ ਅੱਗੇ ਕੋਈ ਨਹੀਂ ਕੋਈ ਨਹੀਂ ਤੇ ਹੈਗਾ ਭੱਜ ਜਾਣੇ ਅੱਛਾ ਚਖੂਰਾ ਵੇਲਾ ਕਿੱਥੋਂ ਵੇਲਾ ਕਿੱਧਰ ਨੂੰ ਆਇਆ ਕੋਟ ਦੇ ਵਿੱਚੋਂ ਦੋ ਮਿਲੇ ਨੇ ਦੋ ਵੱਡੇ ਇੱਕ ਛੋਟਾ ਵੇਖ ਲਓ ਆਪਣੇ ਘਰ ਇਨਸਾਨ ਹੋਵੇ ਹਵਾਨ ਹੋਵੇ ਉਹਨਾਂ ਨੂੰ ਆਪਣਾ ਘਰ ਪਿਆਰਾ ਹੁੰਦਾ ਫੇ ਬਹਿ ਗਿਆ ਫਿਰ ਹਾਂ ਜੀ ਉਹਨੂੰ ਪਤਾ ਵੀ ਮੈਂ ਆਪਣੇ ਘਰ ਵਾਪਸ ਚਲਾ ਗਿਆ ਚਲੋ ਫੜੋ ਫਿਰ ਇਹਨੂੰ ਤੇ ਮੈਂ ਭਾਈ ਆਪਣੇ ਦੋਸਤ ਨੂੰ ਬਤਾਉਂਗਾ ਸ਼ਾਹ ਜੀ ਕੋ ਕਿ ਅੱਗੇ ਮੈਂ ਸੱਪ ਦੀ ਉਹਨੂੰ ਦਿਖਾਇਆ ਸੀ ਉਹ ਸੱਪ ਛੋਟਾ ਮਿਲਿਆ ਸੀ ਉਹਦੇ ਵਿੱਚੋਂ ਚਰਬੀ ਥੋੜੀ ਨਿਕਲੀ ਉਹਦਾ ਤੇਲ ਥੋੜਾ ਬਣਿਆ ਸੀ ਮੈਂ ਇਹ ਜੋੜੇ ਨੂੰ ਵੀ ਕੱਟ ਕੇ ਉਹਦੇ ਕੇਲੀਏ ਤੇਲ ਬਣਾਉਣਾ ਚਲੋ ਹਾਂਜੀ ਆਪਣੇ ਸ਼ਾਹ ਜੀ ਨੂੰ ਮੈਂ ਦੱਸੂਗਾ ਸਹੀ ਉਹ ਦੇਖੇ ਉਹ ਸੱਪ ਸੀ ਛੋਟਾ ਉਹਦੇ ਵਿੱਚੋਂ ਥੋੜੀ ਨਿਕਲੀ ਸੀ ਸਮਾਨ ਇਹਦੇ ਵਿੱਚੋਂ ਮਲਬਾ ਜ਼ਿਆਦਾ ਨਿਕਲੇਗਾ ਜੋੜੇ ਦਾ ਇਹ ਜੋ ਕਿਹੜੀ ਦਵਾਈ ਪੈਣੀ ਇਹਦੀ ਹੁਣ ਇਹਦੇ ਵਾਸਤੇ ਫਾਲਜ ਦੀ ਮਾਲਿਸ਼ ਬਣ ਰਹੀ ਹੈ ਜੀ ਅੱਛਾ ਅੱਲਾ ਦੇ ਨਾਲ ਜੋੜਾਂ ਦੇ ਗੈਂਠੀਏ ਦੇ ਲਕਵੇ ਦੇ ਫਾਲਜ ਵਾਸ ਹਰ ਕੰਮ ਕਰਦੀ ਇਹਦੇ ਨਾਲ ਬੂਟੀ ਬਣਾਈਦਾ ਤੇਲ ਬਣਾਈਦਾ ਔਰ ਇਹ ਜੋੜੇ ਦਾ ਮੈਂ ਤੇਲ ਕੱਢ ਕੇ ਸ਼ਾਹ ਜੀ ਨੂੰ ਮਾਲਿਸ਼ ਦੇ ਵਿੱਚ ਇਸਤੇਮਾਲ ਕਰਕੇ ਦੇਣਾ ਖਾਣ ਕੇ ਲਈ ਨਹੀਂ ਅੱਛਾ ਹਾਂਜੀ ਇਹ ਵੇਖੋ ਇਹ ਦੋਨਾਂ ਜੋੜਾ ਜੀ ਉਹ ਅੱਗੇ ਇੱਕ ਦੇ ਮੈਂ ਦਿਖਾਇਆ ਸੀ ਤੇ ਉਹ ਸੱਪ ਸੀ ਛੋਟਾ ਉਹਦੇ ਵਿੱਚ ਤੇਲ ਥੋੜਾ ਸੀ ਅੱਛਾ ਜਿਹੜਾ ਜੋ ਵੀ ਛੋਟਾ ਨਾਲ ਇਹਦਾ ਇਹਦੇ ਇਹਦਾ ਕੁਝ ਬਣ ਸਕਦਾ ਨਹੀਂ ਲਓ ਜੀ ਹੁਣ ਮੈਂ ਚੱਲਣਾ ਫਿਰ ਨਾਜ਼ਰੀਨ ਕੋ ਅੱਲਾ ਹਾਫਿਜ਼ ਇਹ ਦੋ ਵੱਡੇ ਫੜੇ ਨੇ ਇਹ ਛੋਟਾ